ਹੁਣ ਪ੍ਰੋਗਰਾਮ ਕਰਨਾ ਵੱਡੇ ਪੱਧਰ ਦਾ ਕਰਨਾ ਪੰਜਾਬ ਕਿਆ ਸਾਡੋ ਸ਼ਾਇਦ ਕੋਈ ਹਰਿਆਣੇ ਤੱਕ ਕਿਆ ਬਾਾਰ ਮਹਾਰਾਸ਼ਟਰ ਤੱਕ ਜੋ ਜੋ ਸਾਡੇ ਨਾਲ ਜੁੜੇ ਬੰਦੇ ਆਣਗੇ ਲੱਗਦਾ ਨਹੀਂ ਕਿ ਨਾ ਟਰੱਕ ਆਪਰੇਟਰ ਕੀਰਤਪੁਰ ਸਾਹਿਬ ਦਾ ਸਿੰਘ ਹਰਸਾ ਉਹ ਅੱਜ ਜਿਹੜਾ ਲਗਭਗ ਸੂਬੇ ਤੋਂ ਬਾਹਰ ਨਿਕਲ ਗਿਆ ਉਹ ਜੇ ਕਹਿੰਦੀ ਇਹ ਹਿੰਦੁਸਤਾਨ ਬਾ ਪੂਰੇ ਦੇਸ਼ ਵੱਲੋਂ ਚੱਲ ਪਿਆ ਗਿਆ ਇਹਨਾਂ ਕੰਮ ਦੇਣ ਦਾ ਬਹੁਤ ਦੂਰ ਦੀ ਗੱਲ ਹੈ ਆ ਮੋੜਾ ਪੰਜਾਬ ਦਾ ਪਿੰਡ ਹੈ ਕੀਰਤਪੁਰ ਦੀ ਹੱਦ ਵਾਸਤਾ ਫਾਜਲ ਨਾਲ ਲੱਗਦੀ ਇਹ ਤਬਰ ਤੋਂ 5 ਕਿਲੋਮੀਟਰ ਦੂਰੀ ਤੇ ਆ ਇੱਥੇ ਤੱਕ ਕਿਸੇ ਬੰਦੇ ਨੇ ਆਕਾ ਡਰਦੀ ਦਾ ਜ਼ਰੂਰ ਆਏ ਸਾਡੇ ਨਾਲ ਖੜਨ ਵਾਲੇ ਪਰ ਜਿਹੜਾ ਸਰਕਾਰ ਦਾ ਕੋਈ ਨੁਮਾਇੰਦਾ ਹੈ ਚਾਹ ਕੋਈ ਪ੍ਰਸ਼ਾਸਨ ਦਾ ਬੰਦਾ ਉਹਨਾਂ ਆਕਾ ਇਹ ਵੀ ਨਹੀਂ ਪੁੱਛਿਆ ਵੀ ਕੀ ਆ ਮੰਗ ਹੈ ਕੀ ਆ ਤੁਸੀਂ ਚਾਹਦੇ ਕਿੱਦਾਂ ਤੁਹਾਡਾ ਹੱਲ ਹੋਣਾ ਦਰਦ ਵਾਲੇ ਬਹੁਤ ਹੈ ਸਾਡੇ ਨਾਲ ਖੜਨ ਵਾਲੇ ਬਹੁਤ ਹੈ ਪਰ ਅਸੀਂ ਚਾਹਦੇ ਨਹੀਂ ਤੇ ਵੀ ਚਲੋ ਇਹਨਾਂ ਨੂੰ ਜੇ ਆਪਾਂ ਕਰੀਏ ਇਦਾਂ ਦਾ ਕੋਈ ਕੰਮ ਕਰੀਏ ਅਸੀਂ ਲੋਕਾਂ ਨੂੰ ਤੰਗ ਕਰੀਏ ਪਰ ਜਿਹੜਾ ਆਣ ਵਾਲਾ ਸਮਾਂ ਹੈ ਜਦੋਂ ਸਾਡੀ ਕਿਸੇ ਨਾਲ ਸੁਣਵਾਈ ਨਹੀਂ ਕੀਤੀ ਹੁਣ ਸਾਡੇ ਜਿਹੜੇ ਆ ਹੱਥ ਖੜੇ ਆ ਹੱਥ ਵਾਸਤੇ ਬਾਹਰ ਦੀ ਗੱਲ ਹੈ ਹੁਣ ਅਸੀਂ ਆਉਣ ਵਾਲੇ ਟਾਈਮ 'ਚ ਐਸਾ ਕੰਮ ਕਰਾਂਗੇ ਚਾਹੇ ਜੋ ਮਰਜੀ ਹੋ ਜਾਏ ਜਾਮ ਲਾਈਏ ਜਾਂ ਗੱਡੀਆਂ ਦੀਆਂ ਚਾਬੀਆਂ ਦੇਈਏ ਜਾਂ ਜਿੱਦਾਂ ਦਾ ਵੀ ਸਮੇਂ ਦੇ ਨਾਲ ਸਾਨੂੰ ਹੁਣ ਸਲਾਹ ਜਿਹੜੀ ਆਪਾਂ ਹਰ ਇੱਕ ਬੰਦੇ ਨਾਲ ਕਰ ਰਹੇ ਆ ਇਸੇ ਤਰ੍ਹਾਂ ਜਿੱਦਾਂ ਦੀ ਗੱਲ ਹੋਈ ਉਸ ਦੇ ਹਿਸਾਬ ਨਾਲ ਅਸੀਂ ਜੇ ਐਡਾ ਬੜਾ ਪ੍ਰੋਗਰਾਮ ਕਰਾਂਗੇ ਹੁਣ ਜਿਹੜਾ ਸਰਕਾਰ ਨੂੰ ਦਿੱਲੀ ਤੱਕ ਗਿਆ ਸਾਰੇ ਜਿੱਥੇ ਤੱਕ ਇਹ ਬੈਠੇ ਇਹਨਾਂ ਦੇ ਕੰਨ ਜਿਹੜੇ ਖੋਲ ਕੇ ਰੱਖਦਾ ਤਸਵੀਰਾਂ ਕੀਪੋ ਸਾਹਬ ਦੇ ਇਸ ਦੇ ਕੀਪ ਐਂਡ ਮੋੜਾ ਦੀਆਂ ਨੇ ਜਿੱਥੇ ਟਰੱਕ ਸੁਸਾਇਟੀ ਦਾ ਜਿਹੜਾ ਧਰਨਾ ਉਹ ਪਿਛਲੇ ਲਗਭਗ 2 ਮਹੀਨੇ ਤੋਂ ਇੱਥੇ ਚੱਲ ਰਿਹਾ ਔਰ ਇਹਨਾਂ ਵੱਲੋਂ ਜਿਹੜੀ ਆ ਇੱਕ ਕਾਲ ਦਿੱਤੀ ਗਈ ਸੀ 5 ਜਿਹੜੀ ਨਵੰਬਰ ਦੀ ਸਮੂਹ ਪੰਜਾਬ ਦੇ ਟਰੱਕ ਆਪਰੇਟਰਾਂ ਨੂੰ ਅਪੀਲ ਕੀਤੀ ਗਈ ਸੀ ਪੰਜਾਬ ਦੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਵੱਧ ਤੋਂ ਵੱਧ 5 ਨਵੰਬਰ ਨੂੰ ਇੱਥੇ ਪਹੁੰਚੋ ਤੇ ਇਹਨਾਂ ਦਾ ਸਹਿਯੋਗ ਦਿਓ ਉਸ ਕਾਲ ਬਾਰੇ ਬਲਬੀਰ ਸਿੰਘ ਸ਼ਾਹਪੁਰ ਉਹਨਾਂ ਨੇ ਸਾਨੂੰ ਸੁਨੇਹਾ ਲਾਇਆ ਸੀ ਕਿ ਗੱਲਬਾਤ ਕਰਨੀ ਹੈ ਕਿ ਆ ਕਿਉਂਕਿ ਬੀਤੇ ਦਿਨੀਏ ਕਿਤੇ ਬਾਹਰ ਜਮੈਂ ਹਜੂਰ ਸਾਹਿਬ ਦੀ ਯਾਤਰਾ ਤੇ ਗਏ ਸੀ ਉਸ ਕਰਕੇ ਉਹ ਕਾਲ ਨੂੰ ਇਹਨਾਂ ਨੇ ਥੋੜਾ ਜਿਹਾ ਡਿਲੇਅ ਕੀਤਾ ਹੈ ਕੀ ਹੈ ਪੂਰਾ ਜਿਹੜਾ ਮਾਮਲਾ ਹੈਗਾ ਕੱਲ ਜਿਹੜੀ ਕੋਈ ਮੀਟਿੰਗ ਵੀ ਕਹਿੰਦੇ ਐਸਐਸਪੀ ਸਾਹਿਬ ਨੇ ਬੁਲਾਈ ਸੀ ਰੇਟਾਂ ਨੂੰ ਲੈ ਕੇ ਉੱਥੇ ਹੱਲ ਹੋਇਆ ਜਾਂ ਨਹੀਂ ਹੋਇਆ ਇਸ ਤੋਂ ਇਲਾਵਾ ਤੁਸੀਂ ਜਿਹੜੀ ਹੈ 5 ਤਰੀਕ ਦਾ ਜਿਹੜਾ ਪੋਸਟਪੋਨ ਕੀਤਾ ਉਹਨੂੰ ਅੱਗੇ ਕੀਤਾ ਹੈ ਕਦੋਂ ਦਾ ਟਾਈਮ ਹੁਣ ਰੱਖਿਆ ਹੈ ਜਿਹੜੇ ਲੋਕ ਜਿਹੜੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜੀ 5 ਤਰੀਕ ਦੀ 5 ਨਵੰਬਰ ਦੀ ਅਸੀਂ ਕਾਲ ਪਾਈ ਸੀ ਉਹਦੇ ਵਿੱਚ ਅਸੀਂ ਸਿਰਫ 10 ਦਿਨ ਖਾਤਰ ਹਜੂਰ ਸਾਹਿਬ ਗਏ ਸੀ ਬਾਬਾ ਜੀ ਨਾਲ ਹਰ ਸਾਲ ਜਾਂਦਾ ਉੱਥੇ ਥੋੜੇ ਜਿਦਾਂ ਹੁਣ ਪ੍ਰੋਗਰਾਮ ਦੇ ਬਾਬਾ ਜੀ ਨਾਲ ਗਏ ਤੇ ਅਸੀਂ ਆ ਨਹੀਂ ਸਕੇ ਤਾਂ ਥੋੜਾ ਜਿਹਾ ਲੇਟ ਹੋ ਗਏ ਉਹਦੇ ਕਾਰਨ ਕਿ ਜਦੋਂ ਹੁਣ ਪ੍ਰੋਗਰਾਮ ਕਰਨਾ ਵੱਡੇ ਪੱਧਰ ਦਾ ਕਰਨਾ ਪੰਜਾਬ ਕਿਆ ਸਾਨੂੰ ਸ਼ਾਇਦ ਕੋਈ ਹਰਿਆਣੇ ਤੱਕ ਗਿਆ ਬਾਹਰ ਮਹਾਰਾਸ਼ਟਰ ਤੱਕ ਜੋ-ਜੋ ਸਾਡੇ ਨਾਲ ਜੁੜੇ ਬੰਦੇ ਆਣਗੇ ਉਹਨੂੰ ਟਾਈਮ ਚਾਹੀਦਾ ਕਿਸੇ ਨੂੰ ਸੱਦਾ ਪੱਤਰ ਵੀ ਦੇਣਾ ਉਹਦਾ ਅਰੇਂਜਮੈਂਟ ਵੀ ਕਰਨਾ ਕਿੱਥੇ ਕਰਨਾ ਪ੍ਰੋਗਰਾਮ ਕਿਹੜਾ ਕੰਮ ਕਰਨਾ ਕਿੱਦਾਂ ਕਰਨਾ ਉਹ ਲਿਖਣਾ ਐਡਾ ਬੜਾ ਕੰਮ ਹੈ ਸੋ ਅਸੀਂ ਚਾਹਦੇ ਵੀ ਜਿਹੜਾ ਕੰਮ ਕਰੀਏ ਉਹਨੂੰ ਚੰਗੇ ਤਰੀਕੇ ਨਾਲ ਕਰੀਏ ਉਹ ਥੋੜਾ ਸਮਾਂ 2-4 ਦਿਨ 5 ਦਿਨ ਉੱਪਰ ਤਲਾ ਹੋ ਜਾਣਾ ਸੋ ਇਸ ਕਰਕੇ ਅਸੀਂ ਜਿਹੜੀ ਥੋੜੀ ਜੀ ਗੱਲ ਹੈ ਉਹ ਲੇਟ ਕਰਤੀ ਉਹਦੇ ਸਬੰਧ ਦੇ ਵਿੱਚ ਅਸੀਂ ਕੱਲ ਨੂੰ 4 ਤਰੀਕ 4 ਨਵੰਬਰ ਨੂੰ ਆਪਣਾ ਇਹੜਾ ਪਰਿਵਾਰ ਹੈ ਸੋਸਾਇਟੀ ਕੀਰਤਪਰ ਸਾਹਿਬ ਕਹ ਲੋ ਉਹਨੂੰ ਅਸੀਂ ਕੱਲ ਨੂੰ ਸੱਦਾ ਦਿੱਤਾ ਵੀ ਕਿਉਂਕਿ ਇਹ ਸਾਡਾ ਪਰਿਵਾਰ ਹੈ ਆਪਸ ਵਿੱਚ ਆਪਾਂ ਗੱਲ ਕਰਕੇ ਟਾਈਮ ਰੱਖੀਏ ਟਾਈਮ ਰੱਖਾ ਫਿਰ ਅਸੀਂ ਜਿਹੜੀ ਗਾਹਾਂ ਗੱਲ ਦੱਸੀਏ ਵੀ ਕਿੰਨੀ ਤਰੀਕ ਆਪਾਂ ਕਰਨੀ ਹੈ ਜੀ ਗਾਹਾਂ ਕੱਲ ਜੀ 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 ਗੱਲ ਕੀਤੀ ਹੈ ਕਿ ਬਾਹਰਲੇ ਪਮ ਹਰਿਆਣਾ ਹੈ ਜਾਂ ਮਹਾਰਾਸ਼ਟਰ ਤੁਸੀਂ ਕਿਹਾ ਉੱਥੋਂ ਵੀ ਸਾਨੂੰ ਸੰਪਰਕ ਦੇ ਵਿੱਚ ਜਿਹੜੀਆਂ ਟਰਾਂਸਪੋਰਟਰ ਹੈਗੇ ਆ ਜਾਂ ਜਿਹੜੇ ਟਰੱਕ ਆਪਰੇਟਰਾਂ ਦੇ ਨਾਲ ਦਰਦ ਰੱਖਣ ਵਾਲੇ ਲੋਕ ਹੈ ਉਹ ਫਿਰ ਤੁਸੀਂ ਜਿਵੇਂ ਕਿਹਾ ਉਹ ਵੀ ਇੱਥੇ ਆਣਾ ਚਾਹੁੰਦੇ ਆ ਇਸ ਸ਼ਿੰਗਾਰਸ ਦੇ ਵਿੱਚ ਲੱਗਦਾ ਨਹੀਂ ਕਿ ਇਹਨਾਂ ਟਰੱਕ ਆਪਰੇਟਰ ਕੀਤਪੁਰ ਸਾਹਿਬ ਦਾ ਸ਼ਿੰਗਾਰਸ ਹੈ ਉਹ ਅੱਜ ਜਿਹੜਾ ਲਗਭਗ ਸੂਬੇ ਤੋਂ ਬਾਹਰ ਨਿਕਲ ਗਿਆ ਉਹ ਜੇ ਕਹਿ ਲਈਏ ਹਿੰਦੁਸਤਾਨ ਬਾ ਪੂਰੇ ਦੇਸ਼ ਵੱਲੋਂ ਚੱਲ ਪਿਆ ਗਿਆ ਸੰਘਾਰ ਚ ਇਹ ਪੰਜਾਬ ਦੇ ਅਸੀਂ ਆਪਣੇ ਹਲਕੇ ਵਾਸਤੇ ਸ਼ੁਰੂ ਕੀਤਾ ਤਾਂ ਲੋਕਾਂ ਵਾਸਤੇ ਵੀ ਸਾਨੂੰ ਕੰਮ ਮਿਲ ਸਕੇ ਪਰ ਇਹਦੇ ਵਿੱਚ ਜਿਹੜਾ ਸਰਕਾਰ ਨੇ ਤਾਂ ਕੁਝ ਕੀਤਾ ਨਹੀਂ ਇਹ ਸੰਘਾਰਸ ਕਿਤੇ ਵੱਡਾ ਹੋਰ ਪਾਸੇ ਨੂੰ ਤੁਰ ਪਿਆ ਜਿਵੇਂ ਦਿੱਲੀ ਵਾਲੇ ਦੇਖੋ ਗੱਲ ਪਤਾ ਕਿ ਆ ਜੀ ਜਦੋਂ ਹੁਣ ਸਾਡੀ ਆਵਾਜ਼ ਅਸੀਂ ਛੋਟੇ ਪੱਧਰ ਤੇ ਪਹਿਲਾਂ ਆਪਣੇ ਤੌਰ ਤੇ ਜਾ ਜਾ ਕੇ ਦੇਖ ਲਿਆ ਜਿੱਥੇ ਜਿੱਥੇ ਚਾਰਾ ਜੋਰੀ ਚੱਲੀ ਮਿੰਤ ਤਰਲਾ ਹੱਥ ਹੱਟਲੇ ਸਭ ਕੁਝ ਕਰ ਲਿਆ ਝੋਲੀਆਂ ਅੱਡ ਕੇ ਦੇਖ ਲੀਆਂ ਉਤੇ ਬਾਅਦ ਅਸੀਂ ਛੋਟੀਆਂ ਕਲਾਂ ਦੇਖ ਲਈਆਂ ਵੀ ਚਲੋ ਹੁਣ ਜਾਗਦੇ ਹੁਣ ਜਾਗਦੇ ਪਰ ਜੇ ਕੋਈ ਸਾਡੀ ਹੁਣ ਤੱਕ ਕੋਈ ਨਾਤਾ ਚਲੋ ਕੰਮ ਦੇਣ ਦਾ ਬਹੁਤ ਦੂਰ ਦੀ ਗੱਲ ਹੈ ਆ ਮੌੜਾ ਪੰਜਾਬ ਦਾ ਪਿੰਡ ਹੈ ਕੀਰਤਪੁਰ ਦੀ ਹੱਦ ਵਾਸਤਾ ਮਾਜਲ ਨਾਲ ਲੱਗਦੀ ਕੀਰਤਪੁਰ ਤੋਂ 5 ਕਿਲੋਮੀਟਰ ਦੂਰੀ ਤੇ ਹੈ ਇੱਥੇ ਤੱਕ ਕਿਸੇ ਬੰਦੇ ਨੇ ਆਕਾ ਦਰਦੀ ਦਾ ਜ਼ਰੂਰ ਆਏ ਸਾਡੇ ਨਾਲ ਖੜਨ ਵਾਲੇ ਪਰ ਜਿਹੜਾ ਸਰਕਾਰ ਦਾ ਕੋਈ ਨੁਮਾਇੰਦਾ ਹੈ ਚਾਹ ਕੋਈ ਪ੍ਰਸ਼ਾਸਨ ਦਾ ਬੰਦਾ ਹੈ ਉਹਨਾਂ ਆਕਾ ਇਹ ਵੀ ਨਹੀਂ ਪੁੱਛਿਆ ਵੀ ਕੀ ਆ ਮੰਗ ਹੈ ਕੀ ਆ ਤੁਸੀਂ ਚਾਹਦੇ ਕਿੱਦਾਂ ਤੁਹਾਡਾ ਹੱਲ ਹੋਣਾ ਇੰਨੀ ਸਾਡੀ ਅਜੇ ਤੱਕ ਜੇ ਸਾਡੀ ਅਜੇ ਤੱਕ ਉਹ ਨਹੀਂ ਇੰਨਾ ਇਗਨੋਰ ਕਰ ਕਰ ਰੱਖਿਆ ਫਿਰ ਹੁਣ ਦੱਸੋ ਅਸੀਂ ਕੀ ਕਰ ਸਕਦੇ ਅਸੀਂ ਤਾਂ ਕਾਲ ਦੇ ਸਕਦੇ ਦਰਦ ਆਲੇ ਬਹੁਤ ਹੈ ਸਾਡੇ ਨਾਲ ਖੜਨ ਵਾਲੇ ਬਹੁਤ ਹੈ ਪਰ ਅਸੀਂ ਚਾਹਦੇ ਨਹੀਂ ਤੇ ਵੀ ਚਲੋ ਇਹਨਾਂ ਨੂੰ ਜੇ ਆਪਾਂ ਕਰੀਏ ਇਦਾਂ ਦਾ ਕੋਈ ਕੰਮ ਕਰੀਏ ਅਸੀਂ ਲੋਕਾਂ ਨੂੰ ਤੰਗ ਕਰੀਏ ਪਰ ਜਿਹੜਾ ਆਣ ਵਾਲਾ ਸਮਾਂ ਹੈ ਜਦੋਂ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਹੁਣ ਸਾਡੇ ਜਿਹੜੇ ਆ ਹੱਥ ਖੜੇ ਆ ਹੱਥ ਵਾਸਤੇ ਬਾਹਰ ਦੀ ਗੱਲ ਹੈ ਹੁਣ ਅਸੀਂ ਆਣ ਵਾਲੇ ਟਾਈਮ 'ਚ ਐਸਾ ਕੰਮ ਕਰਾਂਗੇ ਚਾਹ ਜੋ ਮਰਜੀ ਹੋ ਜਾ ਜਾਮ ਲਾਈਏ ਜਾ ਗੱਡੀਆਂ ਦੀਆਂ ਛਾਪੀਆਂ ਦੇਈਏ ਜਾਂ ਜਿੱਦਾਂ ਦਾ ਵੀ ਸਮੇਂ ਦੇ ਨਾਲ ਸਾਨੂੰ ਹੁਣ ਸਲਾਹ ਜਿਹੜੀ ਆਪਾਂ ਹਰ ਬੰਦੇ ਨਾਲ ਕਰ ਰਹੇ ਆ ਇਸੇ ਤਰ੍ਹਾਂ ਜਿੱਦਾਂ ਦੀ ਗੱਲ ਹੋਈ ਉਸ ਹਿਸਾਬ ਨਾਲ ਅਸੀਂ ਜੇ ਐਡਾ ਬੜਾ ਪ੍ਰੋਗਰਾਮ ਕਰਾਂਗੇ ਹੁਣ ਜਿਹੜਾ ਸਰਕਾਰ ਨੂੰ ਦਿੱਲੀ ਤੱਕ ਗਿਆ ਸਾਰੇ ਜਿੱਥੇ ਤੱਕ ਬੈਠੇ ਇਹਨਾਂ ਦੇ ਕੰਨ ਜਿਹੜੇ ਖੋਲ ਕੇ ਰੱਖ ਦਾਂਗੇ ਆ ਵੀ ਸਿੰਘ ਜੀ ਲੱਗਦਾ ਨਹੀਂ ਬੀਤੇ ਦਿਨੀ ਜਦੋਂ ਤੁਹਾਡੇ ਤੇ ਅਟੈਕ ਕੀਤਾ ਗਿਆ ਨਦਰ ਸਿੰਘ ਉਹਨਾਂ ਨੂੰ ਘਰੋਂ ਚੱਕ ਲਿਆ ਪਤੋਂ ਬਾਅਦ ਧਰਨਾ ਦਿੱਤਾ ਪੁਲਿਸ ਨੇ ਚਲੋ ਛੜਤਾ ਬੇਸ਼ੱਕ ਉਤੋਂ ਬਾਅਦ ਜਿਹੜਾ ਮੰਤਰੀ ਸਾਹਿਬ ਨੂੰ ਬੀਤੇ ਦਿਨੀ ਤੁਹਾਡੇ ਟਰੱਕ ਪੇਟਰਾ ਵੱਲੋਂ ਜਿਹੜੀਆਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਲੱਗਦਾ ਨਹੀਂ ਕਿ ਮੰਤਰੀ ਸਾਹਿਬ ਨੂੰ ਸੋਚਣਾ ਚਾਹੀਦਾ ਆਪਣੇ ਹਲਕੇ ਦੇ ਲੋਕਾਂ ਬਾਰੇ ਕਿਉਂਕਿ ਹਲਕੇ ਦੇ ਲੋਕ ਹੈਗੇ ਆ ਵੋਟਾਂ ਇਹਨਾਂ ਲੋਕਾਂ ਨੇ ਪਾਈਆਂ ਔਰ ਜਿਵੇਂ ਮੰਤਰੀ ਸਾਹਿਬ ਕਹਿੰਦੇ ਆ ਅੱਜ ਤੱਕ ਦੀ ਸਭ ਤੋਂ ਵੱਡੀ ਜਿੱਤ ਜੇ ਆਪਾਂ ਕਹਿ ਲਈਏ ਤਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਇਸ ਹਲਕੇ ਦੇ ਵਿੱਚ ਹੋਈ ਹੈ ਜਦੋਂ ਜੇ ਕਹਿ ਲਈਏ ਆਪਾਂ ਦੇਸ਼ ਆਜ਼ਾਦ ਹੋਇਆ ਉਹ ਉਹਨਾਂ ਦੀ ਅੱਡੀ ਬੜੀ ਜਿੱਤ ਹੋਈ ਹੋਵੇ ਫਿਰ ਉਹ ਸੁਣਦੇ ਫੇਰ ਨਹੀਂ ਹੈ ਕਿ ਕੀ ਲੱਗਦਾ ਤੁਹਾਨੂੰ ਜਿਹੜੀ ਆਪਾਂ ਜਿੱਤ ਦਵਾਤੀ ਇਹਦੇ ਗੱਲ ਦਾ ਹੰਕਾਰ ਆ ਗਿਆ ਗੱਲ ਕੁਛ ਨਹੀਂ ਆ ਅਸੀਂ ਬਹੁਤ ਵੱਡੀ ਬੱਦਰ ਦੀ ਜਿੱਤ ਦਵਾਤੀ ਜਿੱਤ ਦੇ ਨਾਲ ਝੰਡੀਆਂ ਲੱਗੀਆਂ ਝੰਡੀਆਂ ਡੰਡੀਆਂ ਕਾਰਾਂ ਧਾਮਚਾਮ ਪੇ ਤੱਕ ਜਿਹੜਾ ਮਿਲ ਗਿਆ ਸਕੌਲਟੀਆਂ ਮਾਂ ਤੱਕ ਗੱਲਾਂ ਬਾਤਾਂ ਦੇ ਗਾਂ ਰਾਜੇ ਬਣ ਕੇ ਚਾਚੇ ਤਾਏ ਸਭ ਹੰਕਾਰ ਆ ਗਿਆ ਲੋਕਾਂ ਨੂੰ ਭੁੱਲ ਗਿਆ ਵਾਦਿਆਂ ਨੂੰ ਭੁੱਲ ਗਿਆ ਜਨਤਾ ਨੂੰ ਭੁੱਲ ਗਿਆ ਗੱਲ ਤਾਂ ਕੀ ਕਰਨੀ ਸਾਡੇ ਕੋਲ ਤਾਂ ਕੀ ਆਣਾ ਝੰਡੀਆਂ ਦਿਖਾਈਆਂ ਦਿਖਾ ਹੁਣ ਸਾਡੇ ਕੋਲ ਚਾਰਾ ਦੱਸੋ ਕੀ ਆਏ ਕੀ ਕਰੀਏ ਇੱਥੇ ਬੈਠੇ ਆ ਪਤਾ ਲੱਗਦਾ ਸਾਨੂੰ ਵੀ ਲੋਕਾਂ ਕੋਲ ਗੱਲਾਂ ਕਰਦਾ ਕਿ ਕੀ ਕਰਿਆ ਬੈਠੇ ਰਹਿਣ ਦੋ ਛਕੀ ਜਾਣ ਦੋ ਪ੍ਰਸ਼ਾਦੇ ਅਸੀਂ ਕੋਈ ਕੰਮ ਨਹੀਂ ਕਰਾ ਕੇ ਦੇਣਾ ਜਾਗਾ ਹੁਣ ਚੰਦ ਪਰਵੇਲਾ ਪ੍ਰੋਗਰਾਮ ਕਰਿਆ ਦੋ ਤਿੰਨ ਦਿਨ ਪਹਿਲਾਂ ਸਾਨੂੰ ਗੁੰਡੇ ਵਿਦਮਾਸ਼ ਗੈਂਗਸਟਰ ਚਟਾ ਵਿੱਚ ਇਹੋ ਜਿਹੀਆਂ ਗੱਲਾਂ ਕਰਦਾ ਗੱਲ ਕਰਨ ਦੀ ਕੋਈ ਨਹੀਂ ਹੈ ਇਹਦਾ ਜਿਹੜਾ ਮਨ ਕੰਮ ਨਾਲ ਨਹੀਂ ਹੈ ਇਹਦਾ ਮਨ ਦੂਈ ਧਿਰ ਨਾਲ ਹੈ ਇਹ ਹਿਮਾਚਲ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਗਾਣਸਾਂ ਨੇ ਖੜਾ ਏ ਉਹਨਾਂ ਦੀਆਂ ਗੱਡੀਆਂ ਭਰਾਣ ਦੇ ਹੱਕ ਚ ਸਾਨੂੰ ਤਾਂ ਦਬਾਅ ਪਰ ਦਬਾਅ ਚਾਹ ਅਸੀਂ ਕਿਸੇ ਗੱਡੀ ਨੂੰ ਹੱਥ ਵੀ ਨਾ ਦਈਏ ਤਾਂ ਵੀ ਸਾਨੂੰ ਕਹਿੰਦੇ ਤੁਸੀਂ ਗੱਡੀਆਂ ਰੋਕਦੇ ਜੀ ਤੁਸੀਂ ਆਹ ਕਰਦੇ ਜੀ ਤੁਸੀਂ ਉਹ ਕਰਦੇ ਇੱਥੇ ਤੱਕ ਕਿ ਜਣੀ ਇਹ ਚਾਹਦੇ ਕਿਤੇ ਨਾ ਕਿਤੇ ਕਿਸੇ ਸਿਕੰਜੇ 'ਚ ਫਸਣ ਅਸੀਂ ਇਹਨਾਂ ਨੂੰ ਚੱਕਾ ਜੇਲ੍ਹ 'ਚ ਸਿੱਟੀਏ ਇਹ ਜਿਹੜਾ ਕੰਮ ਹੈ ਖਤਮ ਹੋਵੇ ਸਾਡਾ ਜਿਹੜਾ ਚੱਲਦਾ ਕੰਮ ਹੈ ਉਹ ਚੱਲੇ ਦੱਸੋ ਅਸੀਂ ਕੀ ਆ ਕਿਹਾ ਤਾਂ ਅਸੀਂ ਕੁਝ ਨਹੀਂ ਮੰਗਦੇ ਤੇ ਅਸੀਂ ਨਹੀਂ ਕਹਿੰਦੇ ਕੋ ਕਰੇ ਓਵਰਲੋਡ ਬੰਦ ਕਰੇ ਇਹਨਾਂ ਦੇ ਹੱਥ ਦੀ ਗੱਲ ਹੈ ਰੁਜ਼ਗਾਰ ਹੈ ਲੋਕਾਂ ਦਾ ਸਾਡਾ ਆਪਣੇ ਆਪ ਮਿਲਣਾ ਆਪਣਾ ਰਾਕੀ ਆਂਦੀ ਗੱਡੀਆਂ 'ਚ ਖੁੱਲੀਆਂ 'ਚ ਉਹਦਾ ਸੁਪਰੀਮ ਕੋਰਟ ਦਾ ਫੈਸਲਾ ਹੈ ਉਹ ਲਾਗੂ ਕਰ ਦੇਣ ਓਵਰਲੋਡ ਦਾ ਸੁਪਰੀਮ ਕੋਰਟ ਦਾ ਫੈਸਲਾ ਹੈ ਸੈਂਟਰ ਦਾ ਫੈਸਲਾ ਉਹਨੂੰ ਲਾਗੂ ਕਰ ਦੇਣ ਗੱਲ ਮੁੱਕ ਗਈ ਅਸੀਂ ਕਹਿੰਦੇ ਅਸੀਂ ਨਹੀਂ ਕਹਿੰਦੇ ਕੰਮ ਦਵਾ ਨਾ ਦੋ ਕੰਮ ਸੇਕ ਵਿੱਚ ਜਿਹੜੇ ਕਰਨ ਦੇ ਕੰਮ ਹੈ ਆਰਟੀਓ ਦਾ ਸਾਡੇ ਨਾਲ ਵਾਦਾ ਕਰਿਆ ਤੇ ਟੈਕਸ ਦਾ ਸਾਡੇ ਨਾਲ ਵਾਦਾ ਕਰੇ ਬੁੱਤਾ ਬੰਦੇ ਲਾਉਂਗੇ ਉਹ ਕੋ ਗੈਰ ਕਾਨੂੰਨੀ ਕੰਮ ਤਾਂ ਨਹੀਂ ਦਾ ਕੋ ਗੱਡੀ ਗਲਤ ਆਂਦੀ ਉਹਦਾ ਕਰਾ ਜਿਹੜੀ ਸਹੀ ਆਂਦੀ ਉਹਨੂੰ ਛੱਡਾ ਪਰ ਨਹੀਂ ਕਰਨਾ ਸਿਰਫ ਗੱਲ ਕਿਆ ਕਿਤੇ ਨਾ ਕਿਤੇ ਸਾਨੂੰ ਲਾਰੇ ਲੱਪੇਆ ਸਾਨੂੰ ਬੇਬਕੂ ਬਣਾਦਾ ਸਾਨੂੰ ਚੰਡੀਗੜ੍ਹ ਬੁਲਾ ਕੇ ਸਾਡੀ ਫੋਟੋ ਖਿੱਚ ਕੇ ਇੱਕ ਟੋਚਾ ਵਾਲੇ ਬੰਦੇ ਆਲੇ ਕੰਮ ਕਰਨੇ ਇਹ ਕੋਈ ਸ਼ੋਭਾ ਨਹੀਂ ਦਿੰਦੇ ਆ ਕਿ ਵੀ ਉੱਥੇ ਫੋਟੋ ਪਾ ਦੇਣੀ ਅਗਲੇ ਨੂੰ ਵੀ ਵੀਰ ਨੇ ਤੁਹਾਡਾ ਪ੍ਰਧਾਨ ਨੇ ਤੁਹਾਨੂੰ ਜੁਰਮਾਨਾ ਮਗਾ ਮੇਰੀ ਕੀ ਕਹਾਤ ਹੈ ਮੈਂ ਕਿਹਾ ਸਰਕਾਰ ਚ ਬੈਠਾ ਕਿਸੇ ਪਲਾਟ ਨੂੰ ਜੁਰਮਾਨਾ ਕਰਾ ਸਕਦਾ ਜਾਂ ਕੁਝ ਕਰ ਇਹ ਸਿਰਫ ਚਾਲਣਾ ਹੈ ਸਾਨੂੰ ਬੇਬਕੂ ਬਣਾਇਆ ਜਾ ਰਿਹਾ ਇਹੀ ਹੁਣ ਇਹਦੇ ਕਾਰਕ ਹੈ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਹੈ ਛੰਡੀਆਂ ਦਾ ਹੁਣ ਅੱਜ ਨਹੀਂ ਆਣ ਵਾਲੇ ਸਮੇਂ 'ਚ ਦੇਖਿਆ ਤੁਸੀਂ ਉਦੋਂ ਛੋਟੀਆਂ ਦੀਆਂ ਕਿਉਂਕਿ ਮੌਕੇ ਦੇ ਪਰਨੇਪੁਰ ਨੇ ਪਾੜੇ ਤੇ ਹੁਣ ਜਿਹੜੇ ਸੋਹਣੇ ਡੰਡੇ ਤੇ ਸੋਹਣੇ ਛੰਡੀਆਂ بڑے ਛੰਡੇ ਹਰ ਜਗ੍ਹਾ ਦਿਖਾਣੇ ਜਿਹੜੇ ਆਪਾਂ ਸ਼ੁਰੂ ਕਰਾਂਗੇ ਜੀ ਨੂੰ ਜੀ ਲੱਗਦਾ ਨਹੀਂ ਕਿ ਜੇ ਸ਼ਿੰਗਾਰ ਸੇ ਤੁਸੀਂ ਕਹਿੰਦੇ ਅਸੀਂ ਵੱਡੇ ਲੈਵਲ ਤੇ ਕਰਾਂਗੇ ਹੁਣ ਜਿਹੜਾ ਕਾਲ ਜਿਹੜੀ ਦਵਾਂਗੇ ਇੱਕ ਵੱਡੇ ਲੈਵਲ ਤੇ ਕਾਲ ਦਵਾਂਗੇ ਜਿੱਥੇ ਹਰਿਆਣੇ ਦੇ ਆਪਰੇਟਰਾਂ ਦੀ ਗੱਲ ਕੀਤੀ ਆ ਮਹਾਰਾਸ਼ਟਰ ਦੇ ਆਪਰੇਟਰਾਂ ਦੀ ਗੱਲ ਕੀਤੀ ਆ ਕਿ ਉਹ ਵੀ ਆਣਗੇ ਜੇ ਇਸ ਤਰ੍ਹਾਂ ਤੁਸੀਂ ਕੀਤਾ ਲੱਗਦਾ ਨਹੀਂ ਕਿ ਪੁਲਿਸ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਉਹ ਤੁਹਾਨੂੰ ਘਰਾਂ ਦੇ ਵਿੱਚ ਵੀ ਨਜ਼ਰਬੰਦ ਕਰ ਸਕਦਾ ਕਿਉਂਕਿ ਬੀਤੇ ਦਿਨੀ ਅਸੀਂ ਦੇਖਿਆ ਡਿਬੇਟ ਰੱਖੀ ਸੀ ਮੁੱਖ ਮੰਤਰੀ ਸਾਹਿਬ ਨੇ ਲੁਧਿਆਣੇ ਲੱਖਾਂ ਸੁਧਾਣਾ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਭਾਵੇਂ ਆਪਣੇ ਆਨੰਦਪੁਰ ਸਾਹਿਬ ਦੀ ਗੱਲ ਕਰ ਲਈਏ ਨਿਤਨ ਨੰਦਾ ਸੀ ਉਹਨਾਂ ਨੂੰ ਆਪਣੇ ਉੱਥੇ ਕੋਕ ਬੰਦ ਕਰ ਦਿੱਤਾ ਪੁਲਿਸ ਘਰੇ ਬੈ ਗਈ ਆ ਕੇ ਆ ਲਾਡੀ ਹੋਣੀ ਸੀਗੇ ਕਿਸੇ ਕਿਸੇ ਨਾਲੇ ਉਹਨਾਂ ਨੂੰ ਨਕੀਆਂ ਟੋਲ ਪਲਾਜੇ ਤੇ ਰੋਕ ਦਿੱਤਾ ਗਿਆ ਵੱਡੀ ਗਿਣਤੀ ਵਿੱਚ ਜਿਹੜੇ ਆਵਾਜ਼ ਜਿਹੜੇ ਲੋਕਾਂ ਦੀ ਚੱਕਦੇ ਆਪਾਂ ਮਕਸਾਮ ਜਿੱਤੇ ਬੰਦੀਆਂ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ ਨਜ਼ਰਬੰਦ ਕਰ ਦਿੱਤਾ ਗਿਆ ਲੱਗਦਾ ਨਹੀਂ ਕਿ ਆਪਣੀ ਗਿਣਤੀ ਘਟ ਹੈ ਸਾਨੂੰ ਤਾਂ ਪੁਲਿਸ ਨੇ ਪ੍ਰਸ਼ਾਸਨ ਦਬਾ ਸਕਦਾ ਇਸ ਤਰੀਕੇ ਨਾਲ ਚਲੋ ਜੇ ਜਿਆ ਦਬਾਣਾ ਪ੍ਰਸ਼ਾਸ਼ਨ ਦਬਾ ਲਵੇ ਕੋਈ ਗੱਲ ਨਹੀਂ ਜਿਹੜੇ ਲੋਕ ਆਣਗੇ ਉਹ ਤਾਂ ਆਣਗੇ ਪ੍ਰਸ਼ਾਸ਼ਨ ਜਿਹੜਾ ਦਬਾਣਾ ਚਾਹਦਾ ਦਬਾਏ ਰਿਹਾ ਸਾਨੂੰ ਪ੍ਰਸ਼ਾਸ਼ਨ ਪਰ ਜੇ ਸਾਨੂੰ ਨਜ਼ਰਬੰਦ ਕਰਦੇ ਆ ਤਾ ਫਿਰ ਇਹਨਾਂ ਦੀ ਨਲਾਕੀ ਆ ਕੰਮ ਕਰਾ ਕੇ ਦੇ ਦਣ ਜਿਹੜੇ ਉਹ ਕਰਿਆ ਕੰਮ ਭਗਵੰਤਬਾਨ ਜੀ ਨੇ ਬੁਲਾਇਆ ਮੈਂ ਬੁਲਾਉਂਦਾ ਤੁਹਾਨੂੰ ਵੀ ਆਜੋ ਰਾਣਾ ਜੀ ਆ ਕੰਮ ਕਰਨਾ ਕਿਤੇ ਨਾ ਕਿਤੇ ਆ ਗਾ ਤੁਹਾਨੂੰ ਮੈਂ ਰਸਤੇ 'ਚ ਰੋਕਾਂ ਫਿਰ ਮੈਂ ਹੀ ਨਲਾਕ ਹੋਇਆ ਜਦੋਂ ਨਾ ਮੈਂ ਥਾਪੀ ਮਾਰਦਾ ਪੜਤੇ ਵੀ ਆਜੋ ਮੇਰੇ ਨਾਲ ਗੱਲ ਕਰੋ ਗੱਲ ਕਰਨ ਦੇ ਬਾਅਦ ਤੂੰ ਮੁਕਰਦਾ ਗੱਲ ਤੇ ਕਿਤੇ ਨਾ ਕਿਤੇ ਜਾ ਕੇ ਫਿਰ ਦੱਸ ਕੀ ਦੀ ਨਲਾਕੀ ਆ ਆਣ ਦਿੰਦਾ ਫਿਰ ਲੱਖੇ ਸਦਾਣੇ ਨਾਲ ਕਰਦਾ ਡਿਵਿਟ ਕਰਦਾ ਕਿਸੇ ਹੋਰ ਨਾਲ ਜਿਹੜੇ ਜਿਹੜੇ ਬੰਦੇ ਆਣੇ ਚਾਹੁੰਦੇ ਤੇ ਖੁੱਲਾ ਸੱਦਾ ਦਿੰਦਾ ਬਾਹਰ ਬੈਠਦਾ ਲੋਕ ਵੀ ਦੇਖਦੇ ਵੇ ਸੱਚ ਕੀ ਦਾ ਹੈ ਕਿਹੜੀਆਂ ਗੱਲਾਂ ਕਰਦਾ 71 ਸਾਡੇ ਅਸੀਂ ਨਹੀਂ 71 ਦੇ ਕੇ ਸਾਡੀਆਂ ਦਾੜੀਆਂ ਚਿੱਟੀਆਂ ਹੋ ਗਿਆ ਅਸੀਂ ਹੁਣ 71 ਨੂੰ ਚੱਟਣਾ ਅਸੀਂ ਚੱਟਣਾ 75 ਨੂੰ ਅਸੀਂ ਚੱਟਣਾ 80 ਨੂੰ 90 ਨੂੰ ਸਾਡੀ ਗੱਲ ਅੱਜ ਦੀ ਸਾਡਾ ਜਿਹੜਾ ਕੰਮ ਹੈ ਉਹਦੇ ਵਿੱਚ ਅੱਜ ਸਰਕਾਰ ਆਪ ਦੀ ਜਿਹੜੀ ਬਿਲਕੁਲ ਨਲਾਇਕ ਮੈਂ ਕਹਿੰਦਾ ਜੇ ਅਸੀਂ ਤੋਰੇ ਪਿਛਲੇ ਬੰਦੇ ਕਿਹੜੀਆਂ ਗੱਲਾਂ ਕਰਕੇ ਤੋਰੇ ਐ ਨਾ ਗੱਲਾਂ ਕਰਕੇ ਤੋਰੇ ਤੇ ਵੀ ਸਾਡੇ ਨਾਲ ਬਾਤੀਆਂ ਹੋਈਆਂ ਗੁਸਤਾਖੀਆਂ ਕਰੀਆਂ ਵਾ ਇਹਨਾਂ ਨੂੰ ਤੋਰੋ ਨਵੇਂ ਸੱਤੇ ਨਵੇਂ ਆਲਾ ਵਾਦੇ ਕਰੇ ਜੀ ਅਸੀਂ ਚੱਕਦੇ ਆਂਗੇ ਜੀ ਟ੍ਰਾਂਸਪੋਰਟ ਸੁਸਾਇਟੀ ਨੂੰ ਆਹ ਕਰਦੇ ਆਂਗੇ ਜੀ ਇਹਨਾਂ ਨੂੰ ਤਾਂ ਫੈਕਟਰੀਆਂ ਲਾ ਕੇ ਦੇ ਦਾਂਗੇ ਜੀ ਦੱਸੋ ਜੇ ਹੁਣ ਇਹ ਗੱਲਾਂ ਪੁਰਾਣੀਆਂ ਕਰ ਕਰ ਕੇ ਟਾਈਮ ਅਟਵਾੜਾ ਚਾਹੁੰਦੇ 2 ਸਾਲ ਹੋ ਗਏ ਬਹੁਤ ਹੁੰਦੇ ਮੇਰੇ ਹਿਸਾਬ ਨਾਲ 2 ਸਾਲ ਦਾ ਬੱਚਾ ਸਕੂਲੇ ਭੇਜ ਦੀਦਾ ਸੀ ਜੇ ਉੱਥੇ 2 ਸਾਲੋਂ ਬਾਅਦ ਵੀ ਕਹੀ ਜਾਣਾ ਉਹ ਨਹੀਂ ਆ ਕਰਿਆ ਜੀ ਅਸੀਂ ਇਹ ਕਰਿਆ ਇੱਕ ਢੱਕਾ ਕੰਮ ਨਹੀਂ ਮੈਂ ਕਹਿੰਦਾ ਦੋ ਸਰਕਾਰਾਂ ਆਈਆਂ ਅੱਜ ਤੱਕ ਪੰਜਾਬ ਵਿੱਚ ਚਾਰ ਸਰਕਾਰਾਂ ਆਈਆਂ ਪੀ ਬਾਲਟੀਆਂ ਆਈਆਂ ਸਭੀ ਤੇ ਕਿਤੇ ਨੰਬਰ ਹੈ ਜੀ ਜ਼ਿਆਦਾ ਦੀਆਂ ਨਲਾਇਕ ਸਰਕਾਰ ਬਿਲਕੁਲ ਨਲਾਇਕ ਸਰਕਾਰ ਕੋਈ ਕੰਮ ਨਹੀਂ ਭਗਵੰਤ ਮਾਨ ਦੀਆਂ ਵੀ ਗੱਲਾਂ ਹੈ ਹਰਜੋਤ ਸਿੰਘ ਬੈਸਤਾ ਹੈ ਨਲਾਇਕ ਮੈਂ ਤਾਂ ਸਿੱਧੀ ਗੱਲ ਕਹਿੰਦਾ ਕਦੇ ਕੋਈ ਮਰਵਾਤਾ ਕਦੇ ਕੋਈ ਮਾਰਤਾ ਕੱਖ ਨਹੀਂ ਪਤ ਨਹੀਂ ਬੱਲਾ ਗੱਲ ਨਹੀਂ ਬਾਤ ਨਹੀਂ ਅਸੀਂ ਬੈਠੇ ਆ ਰੋੜਾਂ ਤੇ ਧਰਨੇ ਦੇ ਰਹੇ ਆ ਕੋਈ ਬੰਦਾ ਆ ਕੇ ਇੱਕ ਪ੍ਰਸ਼ਾਸਨ ਦਾ ਜਾਂ ਕੋਈ ਹਰਜੋਤ ਬੈਸਦਾ ਨਮਾਇੰਦਾ ਆ ਕੇ ਪੁੱਛਿਆ ਕੀ ਗੱਲ ਹੈ ਅਸੀਂ ਕਹ ਰਹੇ ਓਵਰਲੋਡ ਬੰਦ ਕਰ ਨਹੀਂ ਕਰਨਾ ਸਿਰਫ ਗੱਲਾਂ ਆ ਉਹ ਆਗਾ ਸੱਦ ਲੈ ਬਾੜ ਮੁਰਕਾ ਨੂੰ ਨਾ ਦੇਤੀ ਉਹਨਾਂ ਨੂੰ ਉੱਥੀ ਉੱਥੀ ਨਜ਼ਰਬੰਦ ਕਰਾਤਾ ਸਾਨੂੰ ਵੀ ਕਰਾ ਦਵੇ ਕੋਈ ਗੱਲ ਨਹੀਂ ਅਸੀਂ ਵੀ ਨਜ਼ਰਬੰਦ ਹੋ ਜਾਗੇ ਪਰ ਅਸੀਂ ਹਟਾਂਗੇ ਨਹੀਂ ਇਹ ਮੈਂ ਕਹਿੰਦਾ ਇੱਕ ਵਾਰੀ ਨਜ਼ਰਬੰਦ ਛੱਡੋ 600 ਬੰਦੇ ਚੜ੍ਹ ਕੇ ਲਿਆਤਾ ਪੁਲਿਸ ਦਾ ਇੱਕ ਛੋਟੀ ਜੀ ਗੱਲ ਵਜ੍ਹਾ ਬਲਟਾਲੀਆਂ ਲਿਆ ਕੇ ਜਾਂਦੀ 10 ਕਿਹੜਾ ਤਾਂ ਹਵਾਰੇ ਆਗੇ ਜਾਂ ਕਿਹੜਾ ਐਡਾ ਕਰਦਾ ਕਤਲ ਹੋ ਗਿਆ ਤਾਂ ਕਿਹੜੇ ਸਾਡੇ ਕੋਲ ਅਸਲੇ ਤੇ ਦੋ ਬੰਦੇ ਸਾਨੂੰ ਬੁਲਾਉਂਦੇ ਅਸੀਂ ਥਾਣਾ ਆਂਦੇ ਗੱਲ ਕਰਦੇ ਇਹਨਾਂ ਨਾਲ ਪਰ ਇਹ ਨਹੀਂ ਇਹ ਦਬਾਣਾ ਚਾਹੁੰਦੇ ਆਵਾਜ਼ ਨੂੰ ਇਹ ਆਵਾਜ਼ ਨਹੀਂ ਦਬਣੀ ਜ਼ੋਰ ਲਾ ਲਵਾਂ ਹਰਜੋਤ ਸਿੰਘ ਵੈਸ ਤੇ ਇਹਦੀ ਸਰਕਾਰ ਜੋ ਕਰਨਾ ਕਰ ਲਵਾ ਅਸੀਂ ਖੜਿਆ ਇੱਕ ਡੱਕ ਅਸੀਂ ਕੰਮ ਤੇ ਥੱਲਾ ਸਾਡੀ ਕੋਈ ਉਹ ਨਹੀਂ ਹੈਗੀ ਜੇ ਕੰਮ ਨਹੀਂ ਦਊਗਾ ਤਾਂ ਆਣ ਵਾਲੇ ਦਿਨਾਂ ਦੇ ਵਿੱਚ ਖਾਲੀ ਪੀਪੇ ਗਵੀਰਪਨ ਨੂੰ ਤੋੜਾਂਗੇ ਆ ਆਪਾਂ ਜੇ ਗੱਲ ਕਰੀਏ ਹੁਣ ਜਿਹੜੀ ਤੁਸੀਂ ਕਾਲ ਦੀ ਗੱਲ ਕੀਤੀ ਐ ਇਹ ਕਾਲ ਕਦੋਂ ਪੰਜਾਬ ਦੇ ਲੋਕ ਜਿਹੜੇ ਤੁਹਾਨੂੰ ਦੇਖ ਰਹੇ ਆ ਉਹ ਕਦੋਂ ਉਸ ਕਾਲ ਨੂੰ ਕਿਉਂਕਿ 5 ਤਰੀਕ ਨੂੰ ਤੁਸੀਂ ਕਾਲ ਦਿੱਤੀ ਸੀ ਹੁਣ ਉਹਨਾਂ ਦੀ ਜਿਹੜੀ ਅਗਲੀ ਤੁਸੀਂ ਨੈਕਸਟ ਡੇਟ ਆ ਉਹ ਕਦੋਂ ਤੱਕ ਦੀ ਰੱਖ ਰਹੇ ਆ ਲੋਕਾਂ ਨੂੰ ਕੋਈ ਠੀਕ ਮੈਂ ਇਦਾਂ ਕਹਿੰਦਾ ਜੀ ਰਾਣਾ ਜੀ ਦੀਵਾਲੀ ਦਾ ਤਿਹਾਰ ਹੈ ਹਰ ਬੰਦੇ ਨੂੰ ਚਾਹ ਹੁੰਦਾ ਚਲੋ ਸਾਡੇ ਦਾ ਚਾਹ ਮਰੇ ਵੀ ਅੱਕਾਂ ਨੂੰ ਅਸੀਂ ਹੋਰਾਂ ਦੇ ਵੀ ਖਰਾਬ ਕਰਨੇ ਤਿਆਰ ਉਸ ਕਰਕੇ ਸਾਡਾ ਜਿਹੜਾ ਮਨ ਬਣਿਆ ਦਿਨ ਹੈ ਤਿਹਾਰਾ ਰੱਬ ਦਾ ਨੋਂ ਲੈਂਦੇ ਲੋਕ ਅੱਜ ਕੱਲ ਕਦੇ ਵਰਤ ਆ ਗਏ ਕਦੇ ਉਹਦੇ ਬਾਅਦ ਦਸਹਿਰਾ ਲੰਘਿਆ ਕਦੇ ਕੁਝ ਹੋ ਗਿਆ ਸੋ ਇਸ ਕਰਕੇ ਸਾਡੀ ਸਲਾਹ ਵੀ ਦੀਵਾਲੀ ਤੋਂ ਇੱਕ ਦੋ ਦਿਨ ਬਾਅਦ ਦੀ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਿਹੜਾ ਜਾਂ ਕੱਲ ਜਾਂ ਪਰਸੋਂ ਪੱਕਾ ਡਿਕਲੇਅਰ ਕਰਾਂਗੇ ਡੇਟ 5-7 ਦਿਨ ਦੇ 10 ਦਿਨ ਦੇ ਵਿੱਚ ਵਿੱਚ ਐਸੀ ਗੱਲ ਕਰਾਂਗੇ ਇਹਨੂੰ ਦੱਸਾਂਗੇ ਇੱਕ ਵਾਰੀ ਵੀ ਜਿਹੜੀ ਤੈ ਸਾਡੇ ਨਾਲ ਕਰੀ ਅਸੀਂ ਵੀ ਇਦੀ ਕਰਨੀ ਦਿਖਾਵਾਂਗੇ ਝੰਡੀਆਂ ਵੀ ਨਾਲ ਡੰਡੀਆਂ ਵੀ ਹੁਣ ਦੱਸਾਂਗੇ ਕਿ ਕਿਦਾਂ ਮਰ ਉਹਦੀਆਂ ਕਾਰਾਂ ਚ ਘੁੰਮਣ ਦਾ ਜਿਹੜੀਆਂ ਬੱਤੀ ਵਾਲਿਆਂ ਲੋਕਾਂ ਨੂੰ ਬੇਬਕੂ ਬਣਾ ਹੁੰਦਾ ਅਸੀਂ ਇਸ ਗੱਲ ਦਾ ਠੋਕਮਾ ਜਵਾਬ ਦੇਵਾਂਗੇ ਬਿਲਕੁਲ ਜੀ ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਹੈ ਕਿ ਹੁਣ ਜਿਹੜੇ ਆ ਜਿਵੇਂ ਵੀਰ ਸਿੰਘ ਉਹਨਾਂ ਨੇ ਕਿਹਾ ਕਿ ਜਿਹੜੇ ਆ ਝੰਡੀਆਂ ਬੀਤੇ ਦਿਨੀ ਇਹਨਾਂ ਦੇ ਟਰੱਕ ਆਪਰੇਟਰਾਂ ਨੇ ਦਿਖਾਈਆਂ ਕੈਬਨ ਮੰਤਰੀ ਨੂੰ ਕਾਲੀਆਂ ਝੰਡੀਆਂ ਉਹਨ ਉਸ ਤੋਂ ਇਲਾਵਾ ਜਿਹੜੇ ਆ ਇਹਨਾਂ ਨੇ ਕਿਹਾ ਕਿ ਪੀਪੇ ਖੜਕਦੇ ਉਹ ਖਾਲੀ ਜਿਹੜੇ ਆ ਪਿੰਡ ਗੰਭੀਰਪੁਰ ਨੂੰ ਜਾਣਗੇ ਕਿਤੇ ਨਾ ਕਿਤੇ ਇਹਨਾਂ ਦਾ ਇਸ਼ਾਰਾ ਇਹ ਵੀ ਹੈਗਾ ਏ ਕਿ 2024 ਦੀਆਂ ਲੋਕ ਸਭਾ ਚੋਣਾਂ ਨਜ਼ਦੀਕ ਨੇ ਉਹਦਾ ਜਿਹੜਾ ਜਵਾਬ ਹੈ ਉਹ ਟਰੱਕ ਆਪਰੇਟਰ ਜਿਹੜੇ ਆ ਚੰਗਰ ਇਲਾਕੇ ਦੇ 52 ਪਿੰਡਾਂ ਦੇ ਲੋਕ 826 ਟਰੱਕ ਆਪਰੇਟਰ ਕੈਮਰਨ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਤੇ ਪੰਜਾਬ ਸਰਕਾਰ ਨੂੰ ਜ਼ਰੂਰ ਦੇਣਗੇ ਜੇ ਇਹਨਾਂ ਦੇ ਕੰਮ ਦਾ ਕੋਈ ਹੱਲ ਨਾ ਹੋਇਆ ਕੈਮਰਨ ਦੀ ਪ੍ਰਣਾਲੀ ਦੇ ਨਾਲ ਬੁੱਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਕੀਤਪੁਰ ਸਾਹਿਬ